ਮਿੱਠੇ ਸਰੀਆਣਾ ਦੇਖਣ ਵਾਲੇ ਨੇ ਸਾਰਿਆਂ ਨੇ ਪਵਨ ਗਿੱਲ ਕੀ ਰਾਮ ਰਾਮ। ਗਾਮ ਬੋਲੇਗਾ ਪੁਲ ਖੋਲੇਗਾ ਕਾਰਜਕ੍ਰਮ ਕੇ ਤਹਿਤ ਹਮ ਪਹੁੰਚੇ ਹੈ ਨਾਲਨੰਦ ਵਿਧਾਨ ਸਭਾ ਕੇ ਗਾਂਵ ਕੋਤ ਕਲਾ ਮੇ ਔਰ ਮੇਰੇ ਸਾਥ ਮੇ ਮੇਰੇ ਸਹਿਯੋਗੀ ਵਿਜੇਂਦਰ ਸਹਰਾਵਤ ਨਿਆਣਾ। ਹਮ ਆਪਕੋ 2019 ਕੇ ਲੋਕ ਸਭਾ ਚੁਣਾਵ ਕੋ ਲੇਕਰ ਯਹਾਂ ਸੇ ਪੂਰੀ ਜਾਣਕਾਰੀ ਦੇਵਾਂਗੇ ਕਿਸਕਾ ਸੁਪੜਾ ਸਾਫ ਹੈ ਰਾਇੜਾ ਅਤੇ ਕਿਸਕਾ ਪਲੜਾ ਵਾਰੀ ਹੈ। 2019 ਕਾ ਲੋਕ ਸਭਾ ਚੁਣਾਵ ਸਿਰਫ 12 ਤਾਰੀਖ ਨੇ ਵੋਟ ਪੜਾਏ ਕਿਸਨੇ ਦੇਵੋਗੇ? ਆਮ ਜੋ ਕਿਸਾਨਾਂ ਕਾ ਹੱਕ ਮੇ ਕਾਮ ਕਰੇਂਗੇ ਜੋ ਮਾਰੇ ਭਾਈਚਾਰ ਆਰਕਸ਼ਣ ਮੇ ਭੀਤਰ ਹੈ ਜੋ ਉਨਕੀ ਸਪੋਰਟ ਕਰੇਗਾ ਆਮ ਤੋ ਉਸਕਾ ਨਹੀਂ ਹੋਵਾਂਗੇ। ਸਰਕਾਰ ਠਹਿਰੀ ਨਜਾਇਜ਼ ਫਾਇਦਾ ਇੱਕ ਇੱਕ ਭਾਈ ਨੇ ਅੰਦਰ ਕਰਿਆ ਹੈ ਔਰ ਕਮਜ਼ੋਰ ਬਣਾ ਰਹੀ ਹੈ ਕਿਸਾਨਾਂ ਨੇ ਜੱਟ ਨੇਤਿਆਂ ਨੇ। ਕੈਲ ਮਾਰਾ ਭਾਈ ਸੁਰੇਸ਼ ਕੋਥ ਵੀ ਅੰਦਰ ਕਰ ਰੱਖਿਆ ਤਾਂ ਉਹ ਵੀ 5 ਦਿਨ ਪਹਿਲੀ ਜ਼ਮਾਨਤ ਪਰ ਬਾਹਰ ਆਇਆ ਹੈ। ਆਮ ਤੋ ਉਸਕੀ ਸਪੋਰਟ ਕਰਾਏ ਜੋ ਕਿਸਾਨ ਨੇਤਾ ਹੈ ਜਾਟ ਐਕਸ਼ਨ ਵਾਲੇ ਭਾਈ ਹੈ ਜੋ ਇਨਕੀ ਮਦਦ ਕਰੇਗਾ ਉਸਕਾ ਨਹੀਂ ਲਾਗਾਂਗੇ। ਯਸ਼ਪਾਲ ਮਲਿਕ ਹੋਰ ਕਹਾਂ ਹੈ ਮੈਂ ਜਾਟ ਨੇਤਾ ਹਾਂ ਉਹਨੇ ਕਿ ਮੈਂ ਇਨਕੀ ਪੈਰਵੀ ਕਰੀ ਹੈ ਦਲਜੀਤ ਸਿੰਘ ਆਗੋਰ ਕੀ ਕੋਈ ਮੈਂ ਕੋਈ ਜਾਟ ਨੇਤਾ ਨਹੀਂ ਹੈ ਮੈਂ ਤੋ ਇੱਕ ਸਰਕਾਰ ਕੇ ਪਿੱਠੂ ਹੈ ਔਰ ਸਰਕਾਰ ਕੇ ਲਈ ਮਿਲੀ ਭਗਤ ਸੇ ਉਨਕੀ ਔਰ ਉਨਕਾ ਕੋਈ ਮਕਸਦ ਨਹੀਂ ਹੈ ਕਿਸੇ ਕਿਸਾਨ ਨੇ ਬਾਹਰ ਕਢਾਓ ਜਾਟ ਨੇਤਾ ਨੇ ਬਾਹਰ ਕਢਾਓ ਮੈਂ ਨੇਤਾ ਹੀ ਕੌਣ ਜਾਟ। ਇਹ ਮੌਕਾ ਬੀਜੇਪੀ ਕੀ ਸਰਕਾਰ ਹੈ ਤੇ ਕੰਮ ਕੁੰਮ ਕਰੇ ਕੁਛ ਨਹੀਂ ਕਰਿਆ ਬੀਜੇਪੀ ਨੇ ਆਪਣਾ ਜਿਉਂ ਚੰਡੀਗੜ੍ਹ ਤੇ ਉਰਾਨਾ ਹੀ ਕੋਈ ਆਉਂਦੇ ਬਣਿਆ ਪਾਸੇ ਪਹਿਲੀ ਬਥੇਰੇ ਚੱਕਰ ਕੱਟ ਆਰਦੇ ਹੈ ਕੰਮ ਕਰਨ ਜੇ ਸਰਕਾਰ ਹੀ ਨਹੀਂ ਆਏ ਜੀਰੇ ਹੈ ਤੋਂ ਕਿਸ ਨੂੰ ਦੇਵਾ ਭਾਈ ਵੋਟ? ਭਾਈ ਵੋਟ ਉਸਤੀ ਦੇਵਾਂਗੇ ਜੋ ਮਾਰੇ ਜਵਾਨ ਬਲਜੀਤ ਸਿੰਘ ਆਗੋਰ ਜੋ ਅੰਦਰ ਡਾਲ ਰੱਖੇ ਜਾਟ ਆਰਕਸ਼ਣ ਮੈਂ ਜੋ ਉਹਦੀ ਬਾਹਰ ਕਢਾ ਹੋਗਾ ਉਸੇ ਨੇਤਾ ਵੀ ਵੋਟ ਦੇਂਗੇ ਹਮ। ਇਹ ਮੌਕਾ ਬੀਜੇਪੀ ਕੀ ਸਰਕਾਰ ਹੈ ਇਸਨੇ ਕਿਸ ਤਰੀਕੇ ਦੇਖੋ? ਇਹ ਤਾਂ ਕੁਛ ਨਹੀਂ ਕਹਿ ਸਕਦੇ ਭਾਈ ਸਾਹਿਬ ਜੋ ਮਾਰੇ ਭਾਈਆਂ ਨੇ ਬਾਹਰ ਕਢਵਾ ਹੋਗਾ ਨਾ ਜਾਟ ਆਰਕਸ਼ਣ ਮੈਂ ਉਹਨੇ ਭਾਈ ਜੀ ਕਿਤੇ ਵੋਟ ਦਿਆਂ ਮੈਂ। ਤਾਰਾ ਗਾਮ ਤਾਂ ਇੱਕ ਸੁਰੇਸ਼ ਕੋਥ ਵੀ ਹੈ ਹਾਂ ਉਸਕਾ ਕਿਸ ਕੇ ਉਸਕਾ ਬਹੁਤ ਵਧੀਆ ਮਾਹੌਲ ਹੈ ਮਾਰਾ ਸਾਰਾ ਹਲਕਾ ਬਹੁਤ ਵਧੀਆ ਮਾਹੌਲ ਹੈ ਕਿਸਾਨਾਂ ਹੀ ਬਹੁਤ ਮਦਦ ਕਰੀ ਹੋਤੀ ਕਿਸਾਨਾਂ ਕੇ ਹਿੱਤ ਮੈਂ ਕਈ ਵਾਰ ਜੇਲ੍ਹ ਮੈਂ ਵੀ ਗਿਆ ਹੋ। ਯਸ਼ਪਾਲ ਮਲਿਕ ਹੈ ਵੀਰੇਂਦਰ ਡੁਮਰਖੀਆ ਹੈ ਭੁਪਿੰਦਰ ਹੁੱਡਾ ਹੈ ਸਾਰੇ ਨੂੰ ਕਹਾਂ ਮੈਂ ਜੱਟ ਨੇਤਾ ਹਾਂ ਇਹ ਜੋ ਭਾਈ ਹੈ ਆਰਕਸ਼ਣ ਮੈਂ ਭਿੱਤਰ ਪੜੇ ਹੈ ਉਮਰ ਭਰ ਕੀ ਸਜ਼ਾ ਹੈ ਇਹਨਾਂ ਇਨਕਾ ਕੋਈ ਵੋਟ ਆਇਆ ਕਿਆ ਕਿ ਨੇਤਾ ਹੈ ਕਿ ਮਦਦ ਕਰੀ ਕੁਛ ਵੀ ਮਦਦ ਨਹੀਂ ਕਰੀ ਵੋਟ ਲੈਣ ਦਾ ਟਾਈਮ ਪਾਇਆ ਜੇ ਹੈ ਬਾਕੀ ਕੋਈ ਸੰਭਾਲ ਨਹੀਂ ਤੂੰ ਬਤਾਓ ਭਾਈ ਕਿਸ ਨੇ ਦੇਗਾ? ਸੁਰੇਸ਼ ਕੋਥ ਨੇ। ਸੁਰੇਸ਼ ਕੋਥ ਨੇ ਕਹਿੰਦਾ ਵਧੀਆ ਇਨਸਾਨ ਹੈ ਜੀ ਕੱਲ੍ਹ ਉਰਾ ਖੇਤਾਂ ਆਗ ਲੱਗ ਗਈ ਸੀ ਹੈ ਨਾ ਜੀ ਤੋ ਹੋਰ ਕੋਈ ਮੰਤਰੀ ਕੋਈ ਨਹੀਂ ਕੁਛ ਪਹੁੰਚਿਆ ਹੈ ਸੁਰੇਸ਼ ਕੋਥ ਥੋੜ੍ਹਾ ਹੈ ਇੱਥੇ ਮੌਕੇ ਉਹ ਬੇਚਾਰੇ ਜਿਤਨੀ ਮਦਦ ਹੋਈ ਉਹਨਾਂ ਨੇ ਕਰੀ। ਇਹ ਮੌਕਾ ਬੀਜੇਪੀ ਦੀ ਸਰਕਾਰ ਹੈ ਇਸਨੇ ਕਿਸ ਤਰੀਕੇ ਦੇਖੋ? ਬੀਜੇਪੀ ਕਦੋਂ ਕਿਆ ਕਹਾਂ ਜੀ ਤੁਹਾਨੂੰ ਪਤਾ ਹੀ ਹੈ ਸਾਰਾ ਭਾਈਆਂ ਨੇ ਬਤਾਇਆ ਹੀ ਹੈ ਕਿਆ ਬੀਜੇਪੀ ਦਾ ਤੂੰ ਕਿਸ ਨੂੰ ਦੇਵੋ? ਜੋ ਭਾਈ ਸਿਲਨ ਵਿਚਾਰ ਰੱਖੇ ਹੈ ਹਮ ਇਸ ਤੋਂ ਖੂਬ ਸਹਿਮਤ ਹਾਂ ਔਰ ਸੇਮ ਵਿਚਾਰ ਮਾਰੇ ਹੈ ਹਮ ਜੋ ਝਾਰਖੰਡ ਮੈਂ ਮਾਰੇ ਭਾਈ ਜੋ ਅੰਦਰ ਹੈ ਜੋ ਉਨਕੀ ਸਪੋਰਟ ਕਰਾ ਹਮ ਉਸਕਾ ਸਮਰਥਨ ਕਰਾਂਗੇ। ਯਸ਼ਪਾਲ ਮਲਿਕ ਹੋਰ ਕਹਾਂ ਮੈਂ ਜੱਟ ਨੇਤਾ ਹਾਂ ਹੁਣ ਦੁਬਾਰਾ ਮਨ ਜ਼ਿਆਦਾ ਗਹਿਣ ਤਾਂ ਪਤਾ ਕੋ ਨਹੀਂ ਹਰੀ ਮੌਕਾ ਬੀਜੇਪੀ ਦੀ ਸਰਕਾਰ ਦੀ ਕੰਮ ਕੁੰਮ ਕਰੇ ਕੋ ਨਹੀਂ ਕਿਵੇਂ ਨਾ ਕੋਈ ਖਾਸ ਕੰਮ ਨਹੀਂ ਕਰੇ ਸਾਰੇ ਕਿਸਾਨ ਵੀ ਦੇਊਗਾ ਵੋਟ ਤਾਂ ਅਵੇਂ ਉਹਦੀ ਦੇਵਾਂਗੇ ਜੋ ਕਿਸਾਨਾਂ ਭਲਾ ਕਰੇਗਾ ਜ਼ਾਹਿਰ ਹੈ ਨਹੀਂ ਉਹਦੀ ਬਾਹਰ ਖੜਾ ਹੋਗਾ ਉਸਦੀ ਵੋਟ ਦੇਵਾਂਗੇ। ਇਹ ਬੀਜੇਪੀ ਦੀ ਸਰਕਾਰ ਆਈ ਤੀ ਕੰਮ ਕੁੰਮ ਕਰੇ ਕੋ ਨਹੀਂ ਕਿਵੇਂ ਇਹ ਜੀ ਕੰਮ ਕਰੇ ਹੈ ਅੱਗੋਰ ਦੇਖੋ ਹੈ ਸਾਈ ਵੀ ਬੋਲੇਗੀ ਦਿਲਜੀਤ ਜੋ ਬਾਹਰ ਨਿਕਾਲੇਗਾ ਨੀ ਉਸਕੋ ਵੋਟ ਦੇਂਗੇ ਔਰ ਇਹ ਜੋ ਬੋਲ ਰਹੇ ਨੇ ਅਗਬਾ ਹਮ ਕਿਸਾਨ ਨੇਤਾ ਹੈ ਕੋਈ ਕਿਸਾਨ ਨੇਤਾ ਨਹੀਂ ਹੈ ਨੇਤਾ ਹੈ ਜੋ ਉਹ ਕਿਸਾਨੋ ਕੇ ਕਾਮ ਕਰ ਰਿਹਾ ਹੈ ਕਿਸਾਨੋ ਕੇ ਅੰਦਰ ਆ ਕੇ ਬੀਚ ਕੇ ਅੰਦਰ ਆ ਕੇ ਕਾਮ ਕਰੇਗਾ ਉਹ ਨੇਤਾ ਹੈ ਨਹੀਂ ਇਹ ਜੋ ਦਿੱਲੀ ਕੇ ਅੰਦਰ ਬੈਠ ਕੇ ਉਹ ਬੋਲਤੇ ਨਾ ਹਮ ਕਿਸਾਨ ਨੇਤਾ ਉਹ ਕੋਈ ਨੇਤਾ ਨਹੀਂ ਹਮਾਰੇ ਲੀਏ। ਇਹ ਮੌਕਾ ਬੀਜੇਪੀ ਕੀ ਸਰਕਾਰ ਦੀ ਕਾਮ ਗੁੰਮ ਕਿਸੇ ਕਰਾਏ ਇਸਨੇ ਜਿਸ ਤਰ੍ਹਾਂ ਇਹ ਕਾਮ ਹੈ ਉਹ ਕਰਵਾਏ ਵੀ ਹੈ ਕੋਈ ਕੁਛ ਨਾਰਾਜ਼ ਵੀ ਕੁਛ ਰਾਜ਼ੀ ਵੀ ਇਸ ਪਰ ਵੋਟ ਪੜਾਂਗੇ 12 ਤਾਰੀਖ ਨੇ ਲੋਕ ਸਭਾ ਕੇ ਕਿਸ ਦੀ ਵੋਟ ਦੇਵੋਗਾ? ਵੋਟ ਦੇਵਾਂਗੇ ਭਾਈ ਜੋ ਮਾਰੇ ਭਾਈਆਂ ਨੇ ਕੱਢੇਗਾ ਤਾਰੇ ਭਾਈ ਕੌਣ ਭਾਈ ਜੋ ਇਹ ਜਾਟ ਆਰਕਸ਼ਣ ਮੈਂ ਭਿੱਤਰ ਅੰਦਰ ਹੋ ਰਹੇ ਇਹਨਾਂ ਕੱਢੇਗਾ ਜੋ ਉਹਨੇ ਵੋਟ ਦਿਆ ਦੋ ਤਿੰਨ ਹੋਰ ਨੂੰ ਕਹਾਂ ਯਸ਼ਪਾਲ ਮਲਿਕ ਹੋਰ ਨੂੰ ਕਹਾਂ ਮੈਂ ਪੂਰਾ ਜ਼ੋਰ ਲੈ ਰੱਖਿਆ ਤਾ ਉਹਨੇ ਕੱਢਾਣ ਖਾਤਰ ਨਾ ਉਹਨੇ ਕੋਈ ਜ਼ੋਰ ਲਾਵਾਂ ਜਿਵੇਂ ਲਿਖੜੇ ਜਾਵਾਂ ਹੈ ਕਹਿਣ ਭਿੱਤਰ ਜਾਵਾਂ ਦੇਵਾਂ
ये भी मौका बीजेपी की सरकार थी, काम कुम कराए कुम बस ठीक ठाक करवाए हैं, इन्हें क्या करवा दिया नहीं लिखड़े जावा जी थोड़ा बहुत कराए जी। एक तारा गांव का है सुरेश कोत, सुरेश को इनेलो दा उम्मीदवार भी है, उसकी किस तरह देखो? उसने बहुत बढ़िया काम करे हैं, वो गल्ला रहा है सारा उसमें सिस्टम में बहुत बढ़िया सहयोग दिया उसने, अरे बहुत बढ़िया माहौल है उसका। 12 तारीख ने किसने देगी बेटा? 29 जाएंगे, जो हमारे छोटा ना बाहर काट देगा नहीं जल्दी तोड़ना, हाँ। उसके वोट जाएंगे और किस्ती जाएंगे भी, मैं बेचारे जेल में पड़े उनका के कसूर उन्हें के मारे फिर आसा हूँ जेल में क्यों गेड़े ताई तो किस्ती देगी वोट भाई उत्ती देंगे दो महीने बाखान बाहर काट देगा जल्दी तर दें वोट वोट तो सुरेश को देवांगे हम तो गांव का हमारा तो सुरेश नहीं कहता है हैं सुरेश को उसने बड़ी लाठी खाई है बड़ी किसाना खातर आरक्षण खातर बड़ा भीतर जाओ कोई परवाह नहीं ये हम तो वोट उसने देवांगे जी। हाँ ये मौका पर सरकार है बीजेपी की थी काम कुम करे को नहीं में काम करे बिल्कुल मान लांगे बीजेपी की सरकार ने काम करे खूब करे हैं काम आगे भी करेगी वोट तो सारे आखिरी देख तो बीजेपी ने थे फिर मारा तो काम का आ गया प्रधान हो गया 12 हो गया।